ਆ ਜਾ ਤੂੰ ਵੀ ਆ ਜਾ। ਸ਼ੁਕਰ ਹੈ ਤੂੰ ਮੈਨੂੰ ਇੱਥੇ ਮਿਲ ਗਿਆ। ਵਰਨਾ ਕਿੱਥੇ ਦਾ ਟਾਈਮ ਕਿੱਦਾਂ ਸੀ ਤੂੰ ਮੇਰੇ ਨਾਲ? ਇੱਥੇ ਯਾਰ ਹੀ ਸਭ ਮੇਰੀ ਗੱਲ ਸੁਣ, ਮੇਰੇ ਕੋਲ ਗਲਤੀ ਹੋ ਗਈ ਸੀ, ਮੈਨੂੰ ਅੱਬਾ ਜੀ ਕੋਲ ਮਾਫੀ ਦਿਲਾ ਦੇ ਪਲੀਜ਼। ਤੇ ਪਹਿਲੇ ਗਲਤੀ ਕਰਦੀ ਨਹੀਂ ਕਿਉਂ ਤੁਸੀਂ? ਤੈਨੂੰ ਦੌੜਨ ਲੱਗਿਆ ਖਿਆਲ ਨਹੀਂ ਆ? ਪਿਆਰ ਹੋ ਗਿਆ ਸੀ। ਪਿਆਰ ਹੋ ਗਿਆ ਸੀ, ਮੈਨੂੰ ਤਾਂ ਦੱਸਿਆ ਨਹੀਂ। ਤੈਨੂੰ ਕਿਵੇਂ ਦੱਸੀ? ਤੂੰ ਅੱਬਾ ਜੀ ਨੂੰ ਦੱਸ ਦਿੰਦਾ ਨਾ, ਤੂੰ ਅੱਬਾ ਜੀ ਦਾ ਰੱਖਿਆ ਹੋਇਆ ਗਾਰਡ ਨਹੀਂ। ਤੂੰ ਮੇਰਾ ਦੱਸ ਸੀ, ਮੈਂ ਤੇਰੇ ਅੱਬੇ ਨੂੰ ਦੱਸਣਾ ਨਹੀਂ ਸੀ। ਕੀ ਦੱਸਦੀ ਮੈਂ ਤੇਰਾ? ਅੱਛਾ ਮੇਰੀ ਗੱਲ ਸੁਣ ਨਾ, ਅੱਬਾ ਜੀ ਕੋਲ ਪਲੀਜ਼ ਮਾਫੀ ਦਿਲਾ ਦੇਣਾ, ਤੂੰ ਕਰ ਸਕਦਾ। ਕਿਧਰ ਵਿਆਹ ਕੀਤਾ ਨਹੀਂ? ਮੇਰਾ ਬੰਦਾ ਬਾਹਰ ਖੜੋ ਤੇ ਬੁਲਾਵਾਂ? ਬੁਲਾ ਜਾਨੋ। ਦੇ ਜਾ ਮੌਲਾ ਸਖੀਆ, ਦੇ ਖੋਤੀ ਦੇ ਬੱਚਿਆਂ ਮੈਨੂੰ ਨਹੀਂ ਲੈਂਦੇ ਉੱਥੇ ਬੈਠੇ ਰੌਲਾ ਪਾਈ ਆਉਣ ਡਿਆ। ਇੱਧਰ ਵੇਖ ਕਿੱਦਾਂ ਟੈਨਸ਼ਨ ਬਣੀ ਹੈ ਭਾਈ ਜੀ। ਆਹ ਦੇਖੋ ਠਹਿਰ ਜਾ, ਆਉਂਦਾ ਯਾਰ ਤੁਹਾਡੇ ਕੋਲ ਖਬਰ ਕਰ ਲਓ। ਫੀਨਾ 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 ਹਜ਼ਾਰ ਦਾ ਘਾਟਾ, ਜਿਹੜਾ ਦੇਖੋ ਫੀਨਾ, ਜਿਹੜਾ ਦੇਖੋ ਫੀਨਾ। ਰਹਿਣ ਦੇ ਪਰ ਠੀਕ ਹੈ, ਠੀਕ ਹੈ। ਬੱਚੇ ਤਾਂ ਰਾਤ ਨੂੰ ਫੀਨਾ ਫੀਨਾ। ਓਕੇ ਓਕੇ ਓਕੇ, ਹੋਰ ਗੱਲ ਵੀ ਕਰ ਲੈਂਦਾ ਯਾਰ। ਅੱਖਾਂ ਇੱਡੀਆਂ ਵੱਡੀਆਂ, ਵਾਲ ਐਡੇ ਸੋਹਣੇ ਨੇ, ਫੀਨਾ ਫੀਨਾ ਫੀਨਾ। ਓ ਯਾਰ ਤੇਰੀ ਆ ਫੀਨਾ ਹੈ, ਕਰ ਲਓ ਜੋ ਕਰਨਾ ਤੁਸੀਂ। ਓ ਤੂੰ ਹੀ ਕਹਿ ਲੈ ਯਾਰ, ਤੂੰ ਹੀ ਕਹਿ ਲੈ, ਕਹਿ ਲੈ। ਫਕੀਰ ਨਾਲ ਹੀ ਕਰ ਲਿਆ। ਮੈਂ ਹੁਣ ਤੈਨੂੰ ਕੀ ਦੱਸਾਂ, ਇਹਨੇ ਤਰਲੇ ਹੀ ਐਸਾ ਪਾਇਆ ਕਿ ਮੇਰੇ ਕੋਲ ਨਾ ਨਹੀਂ ਹੋਈ। ਸਾਡਾ ਤਰਲਾ ਹੀ ਤੇ ਮਸ਼ਹੂਰ ਹੈ, ਹੁਣ ਮੈਂ ਤੇਰੇ ਘਰ ਵੀ ਪਾਣੇ ਜਾ ਕੇ ਆਪਣੇ ਘਰਦੇ ਨੂੰ ਤਿਆਰ ਕਰ, ਮੈਂ ਤਰਲਾ ਪਾਉਣ ਲੱਗਾ। ਔਰ ਇਹਨਾਂ ਨੇ ਕਿਹੜਾ ਫੀਨਾ ਪਹਿਲੀ ਦੀ ਆਇਆ, ਔਰ ਪਹਿਲੀ ਦੀ ਕੰਮ ਪਾ ਗਿਆ ਲੜਾ। ਦੇ ਦੇ ਤੇਰੀ ਮਿਹਰਬਾਨੀ, ਸਾਰਾ ਕੁਝ ਕਰਾ ਯਾਰ। ਇਹ ਮੇਰੀ ਬੀਵੀ ਹੈ, ਸਾਡੀ ਸ਼ਾਦੀ ਹੋ ਤੁਸੀਂ ਸਾਡੀ ਸ਼ਾਦੀ ਹੋ ਮਾਫੀ ਦਿਲਾ ਦੇ, ਹੋਰ ਕੀ ਚਾਹਨੀ ਹੈ? ਮਾਫੀ ਇਸ ਤਰ੍ਹਾਂ ਨਹੀਂ ਹੋਏਗੀ, ਉਹਨੂੰ ਮੈਂ ਦੱਸਾਂਗਾ ਫਕੀਰ ਨਾਲ ਵਿਆਹ ਕੀਤਾ। ਉਹ ਤੋਂ ਅੱਬਾ ਜੀ ਨੂੰ ਝੂਠ ਬੋਲ ਕੇ ਬਹੁਤ ਵੱਡਾ ਬਿਜ਼ਨਸਮੈਨ ਯਾਰ, ਸਾਡਾ ਸੈਟਅਪ ਕਰਾ ਯਾਰ। ਮੇਰੀ ਬੀਵੀ ਮੈਂ ਉਹਦੇ ਵਾਸਤੇ ਬੜੇ ਕੁਝ ਕਰ ਰਹੇ ਹਾਂ, ਇੱਕ ਦੂਜੇ ਨਾਲ ਕੰਮ ਕਰ। ਹਾਂ, ਵੀ ਲਵ ਈਚ ਅਦਰ। ਯੈਸ, ਓਕੇ। ਯਾ ਯਾ ਯਾ, ਯੂ ਕੈਨ ਸਪੀਕ ਮਨੀ ਅਦਰ ਲੈਂਗੁਏਜ। ਯਾ ਯਾ ਯਾ, ਆਈ ਐਮ ਸਨ ਆਫ ਸਨੀ ਲਿਉਣੀ। ਹਾਂ, ਓਕੇ ਓਕੇ ਓਕੇ। ਮੈਨੂੰ ਬੜੀ ਵਾਰ ਵੇਖਿਆ। ਉਹ ਨਹੀਂ ਨਹੀਂ, ਉਹ ਮੇਰੀ ਸੈਕੰਡ ਮਦਰ ਲੋਕਾਂ ਨੂੰ ਬੜੀਆਂ ਦੁਆਵਾਂ ਦਿੰਦੀ ਸੀ। ਅੱਛਾ ਜੀ, ਅੱਛਾ ਆਪਣਾ ਭਾਈਆ ਨਾ, ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਇਸ ਘਰ ਚ ਕੰਮ ਚੱਲ ਜਾਏ, ਚਲਾਣਾ ਹੈ, ਇਹਦਾ ਪਿਓ ਤੈਨੂੰ ਮਾਫ ਕਰ ਦੇ, ਫਿਰ ਤੂੰ ਉਹਦੇ ਸਾਹਮਣੇ ਨਹੀਂ ਦੇਖਣਾ ਤੂੰ ਫਕੀਰ ਹੈ। ਓਕੇ, ਤੈਨੂੰ ਥੋੜਾ ਝੂਠ ਬੋਲਣਾ ਪਏਗਾ। ਓਕੇ ਓਕੇ, ਐ ਲਾ। ਓਕੇ, ਕੌਣ ਕਹਣਾ ਮੈਂ ਅਮੀਰ ਆਦਮੀ। ਅੱਛਾ ਜੀ, ਮੈਂ ਕੱਪੜੇ ਲਾ, ਪਹਿਲੇ ਤੂੰ ਲਾ ਯਾਰ। ਪਾਗਲ ਨਹੀਂ ਆ ਜਾ, ਬਾਡੀ ਬੁੱਢੀ, ਮੈਂ ਆਉ ਨਹੀਂ। ਓ ਵੀ ਠੀਕ ਹੈ, ਚਾਹ ਸੇ ਲਾ ਦੇ, ਕੋਈ ਅਸੀਂ ਕਰ ਲਾ। ਤੇ ਐ ਲੋ ਜੀ, ਐ ਲੋ ਜੀ, ਸ਼ਾਬਾਸ਼, ਐ ਲੋ ਜੀ, ਪੁਣੇ ਤਰਾ। ਹਾਂ, ਹੁਣ ਤੂੰ ਨਾ ਜਦੋਂ ਦਾ ਪਿਓ ਆਵੇ ਨਾ, ਹਾਂਜੀ, ਉਹਦੇ ਸਾਹਮਣੇ ਤੂੰ ਕਹਿਣਾ ਕਿ ਮੈਂ ਇੱਕ ਅਮੀਰ ਆਦਮੀ। ਓਕੇ, ਫਕੀਰਾਂ ਵਾਲਾ ਲੈਂਗੁਏਜ ਨਹੀਂ ਹੋਣੀ ਚਾਹੀਦੀ। ਠੀਕ ਹੈ, ਠੀਕ ਹੈ। ਔਰ ਫਕੀਰਾਂ ਦੇ ਨਾ ਆਪਣਾ ਬੋਡੀ ਲੈਂਗੁਏਜ ਨਹੀਂ ਹੋਣੀ ਚਾਹੀਦੀ। ਓਕੇ ਓਕੇ, ਮੈਂ ਇੱਕ ਅਮੀਰ ਆਦਮੀ ਆ। ਮੈਂ ਇੱਕ ਅਮੀਰ ਆਦਮੀ, ਠੀਕ ਹੈ। ਮੈਂ ਲੋਕਾਂ ਕੋਲ ਲੱਖਾਂ ਰੁਪਈਆ ਲੈਣਾ। ਅੱਛਾ, ਮੇਰਾ ਬੈਲਜੀਅਮ ਦੀ ਸ਼ੀਸ਼ੇ ਦਾ ਕਾਰੋਬਾਰ ਹੈ। ਅੱਛਾ, ਦੁਬਈ 'ਚ ਮੇਰੇ ਪਲਾਜ਼ੇ ਨੇ। ਅੱਛਾ, ਮੇਰੇ ਉੱਥੇ ਸ਼ਿਪ ਚੱਲਦੇ ਨੇ। ਵਾਜਵਾ, ਮੇਰੀਆਂ ਹਜ਼ਾਰਾਂ ਗੱਡੀਆਂ ਨੇ। ਆਹਾ, ਹਾਲੈਂਡ ਤੇ ਮੇਰੇ ਬੜੇ ਕਾਰੋਬਾਰ ਨੇ। ਅਰੇ, ਕੀ ਬਾਤ ਹੈ। ਚੱਲ, ਮੇਰਾ ਇੰਪੋਰਟ ਐਕਸਪੋਰਟ ਦਾ ਕਾਰੋਬਾਰ ਹੈ। ਤੂੰ ਕਹਿ, ਮੈਂ ਇੱਕ ਅਮੀਰ ਆਦਮੀ ਹਾਂ। ਕੌਣ ਕਵੇ? ਤੂੰ ਕਹਿ। ਜਿਵੇਂ ਜਿਵੇਂ ਉਹ ਕਹਿ ਰਹੇ ਹੋ, ਤੁਸੀਂ ਪਿੱਛੇ ਪਿੱਛੇ ਕਹੀ ਜਾਓ।
ਆਗੇ ਲਾ ਕੇ ਮੈਂ ਪਿੱਛੇ ਪਿੱਛੇ ਕਮਾਇਆ ਆ ਗਿਆ ਇੱਥੇ ਲੋਕ ਹੈ ਓਕੇ 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 ਮੈਂ ਇੱਕ ਅਮੀਰ ਆਦਮੀ ਆ ਅੱਛਾ ਮੈਂ ਇੱਕ ਅਮੀਰ ਆਦਮੀ ਆ ਇਹ ਕਿਹੜਾ ਅਮੀਰ ਆਦਮੀ ਆ ਸਹੀ ਨਹੀਂ ਕਰਨਾ ਹੱਥ ਕੀ ਕਰਨਾ ਓਕੇ ਓਕੇ ਉਹ ਫਕੀਰ ਨਾਲ ਕੰਮ ਨਹੀਂ ਕਰਨਾ ਓਕੇ ਓਕੇ ਕਿਆ ਦੁਬਈ 'ਚ ਮੇਰੇ ਪਲਾਜ਼ੇ ਨੇ ਮੈਂ ਦੁਬਈ 'ਚ ਮੰਗਣਾ ਵਾ ਯਾਰ ਆਦਮ ਕੋਈ ਯਾਰ ਹੁਣ ਮੈਂ ਕੀ ਕਰਾਂ ਨਹੀਂ ਮੰਗਦਾ ਹਾਂ ਕਹਿਣਾ ਮੈਂ ਇੱਕ ਅਮੀਰ ਆਦਮੀ ਮੈਂ ਇੱਕ ਅਮੀਰ ਫਕੀਰ ਹਾਂ ਮੇਰੇ ਬੈਲਜੀਅਮ ਦੇ ਵਿੱਚ ਬੜੇ ਕਾਰੋਬਾਰ ਨੇ ਸ਼ੀਸ਼ੇ ਦਾ ਕਾਰੋਬਾਰ ਹੈ ਸ਼ੀਸ਼ਾ ਵਿਚਾਉਣਾ ਮੈਂ ਉੱਥੇ ਜਾਂਦਾ ਨਹੀਂ ਯਾਰ ਸ਼ੀਸ਼ੇ ਦਾ ਕਾਰੋਬਾਰ ਹੈ ਹਾਂ ਮੇਰੇ ਦੁਬਈ 'ਚ ਪਲਾਜ਼ੇ ਨੇ ਦੁਬਈ 'ਚ ਪਲਾਜ਼ੇ ਨੇ ਮੇਰੇ ਉੱਥੇ ਸ਼ਿਪ ਚੱਲਦੇ ਨੇ ਮੇਰੇ ਸ਼ਿਪ ਚੱਲਦੇ ਨੇ ਮੇਰਾ ਇੰਪੋਰਟ ਐਕਸਪੋਰਟ ਦਾ ਕਾਰੋਬਾਰ ਹੈ ਮੇਰਾ ਇੰਪੋਰਟ ਕਮੋਡ ਦਾ ਕੰਮ ਹੈ ਇੰਪੋਰਟ ਦਾ ਨਹੀਂ ਯਾਰ ਇੰਪੋਰਟ ਐਕਸਪੋਰਟ ਦਾ ਇਹ ਸਪੋਰਟ ਸਪੋਰਟ ਜੋ ਵੀ ਹੈ ਉਹ ਤੇਰੇ ਵਾਲਾ ਯਾਰ ਤੇਰੇ ਵਾਲਾ ਕੋਈ ਕਮਾਂਗਾ ਫਿਕਰ ਨਾ ਕਰ ਜੀ ਠੀਕ ਹੈ ਚਲੋ ਜੀ ਹਾਂ ਓਕੇ ਮੈਂ ਤੇਰੇ ਸੌਰਨ ਬੁਲਾਉਣਾ ਬੁਲਾਓ ਇੱਥੇ ਮੂਡ 'ਚ ਖੜਾ ਹੋ ਜਾ ਹਾਂਜੀ ਕਰ ਜਿਸ ਤਰ੍ਹਾਂ ਹੀ ਆਵੇ ਸ਼ੁਰੂ ਹੋ ਜਾਣਾ ਓਕੇ ਮੈਂ ਇੱਕ ਅਮੀਰ ਆਦਮੀ ਸੌਰਨ ਮੈਂ ਲੋਕਾਂ ਕੋਲ ਲੱਖਾਂ ਰੁਪਈਆ ਲੈਣਾ ਮੇਰਾ ਬੈਲਜੀਅਮ ਸ਼ੀਸ਼ੇ ਦਾ ਕਾਰੋਬਾਰ ਹੈ ਓਕੇ ਮੈਂ ਇੱਕ ਅਮੀਰ ਆਦਮੀ ਮੈਂ ਇੱਕ ਅਮੀਰ ਆਦਮੀ ਆ ਮੇਰਾ ਬੈਲਜੀਅਮ ਸ਼ੀਸ਼ੇ ਦਾ ਕਾਰੋਬਾਰ ਹੈ ਮੈਂ ਲੋਕਾਂ ਕੋਲ ਲੱਖਾਂ ਰੁਪਈਆ ਲੈਣਾ ਮੇਰੇ ਦੁਬਈ 'ਚ ਸ਼ਿਪ ਚੱਲ ਰਿਹਾ ਹਾਂ ਹਾਂ ਓਕੇ ਓਕੇ ਯਾਰ ਤੇਰੀ ਪਿਕ ਬਹੁਤ ਅੱਛੀ ਹਾਂ ਓਕੇ ਸੌਰਨ ਸਾਹਿਬ ਅੱਬਾ ਜੀ ਅੰਡਾ ਹਾਂ ਸੇਮ ਇੰਜਨ ਜੀ ਕਹਿਣਾ ਡਨ ਹੋ ਗਿਆ ਡਰ ਜਾਨੂ ਫਿਕਰ ਕਰ ਹੁਣ ਸਾਹਿਬ ਤੁਹਾਡੀ ਬੇਟੀ ਆਈ ਹੈ ਨਾਲ ਦਾ ਬੰਦਾ ਆਇਆ ਸਲਾਮ ਅਲੈਕੁਮ ਅੱਬਾ ਜੀ ਠੀਕ ਹੈ ਨਾ ਤੇ ਕਰ ਕਦ ਮਾਰਿਆ ਕਰੋ ਇਹਦੇ ਘਰ ਬਣ ਗਿਆ ਚਾਚਾ ਦੀਨਾ ਫੇਰ ਹੋਈ ਛੋਟੀ ਭੈਣ ਸਮੀਨਾ ਉਹਨੇ ਮੂੰਹ ਕਾਲਾ ਕਰਾਇਆ ਤੇ ਉਹ ਹੋਇਆ ਕਮੀਨਾ ਪਾਗਲ ਮੈਂ ਕਮੀਰ ਆਦਮੀ ਆ ਮੈਂ ਲੱਖਾਂ ਰੁਪਈਆ ਲੈਣਾ ਲੋਕਾਂ ਕੋਲੋਂ ਮੇਰਾ ਬੈਲਜੀਅਮ ਸ਼ੀਸ਼ੇ ਦਾ ਕਾਰੋਬਾਰ ਹੈ ਦੁਬਈ 'ਚ ਮੇਰੇ ਪਲਾਜ਼ੇ ਨੇ ਉੱਥੇ ਮੇਰੇ ਸ਼ਿਪ ਚੱਲਦੇ ਨੇ ਉੱਥੇ ਮੇਰੇ ਸ਼ਿਪ ਚੱਲਦੇ ਨੇ ਸਵੇਰੇ ਮੇਰੀਆਂ ਪੈਣਾ ਚੱਲਦੀਆਂ ਨੇ ਮੇਰੇ ਮੂੰਹੋਂ ਗੱਲ ਨਿਕਲ ਗਈ ਕੋਈ ਐਸੀ ਗੱਲ ਨਹੀਂ ਅਸੀਂ ਸ਼ਰੀਫ ਲੋਕ ਆ ਸ਼ਰੀਫ ਕਹਿਣਾ ਸ਼ੁਕਰ ਦੇ ਤੌਰ ਤੇ ਨਿਕਲ ਗਿਆ ਪਾ ਮਾਰ ਦੇ ਬਸ ਨਿਕਲ ਜਾ ਆਪਾਂ ਮੰਨ ਨਹੀਂ ਰਿਹਾ ਯਾਰ ਤੁਸੀਂ ਇੱਕ ਕੰਮ ਕਰੋ ਅੰਦਰ ਜਾਓ ਮੈਂ ਚਾਚਾ ਹੋਰਾਂ ਨੂੰ ਮਨਾਉਣਾ ਹਾਲਾਂਕਿ ਰੁੱਸੇ ਨਹੀਂ ਹੋ ਸਾੜੇ 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 ਸਾੜੇ